ਕਰੋਨਾ ਵਾਇਰਸ ਦੀ ਚਪੇਟ ਵਿੱਚ ਆਏ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਇਸ ਦੁਨੀਆ ਵਿੱਚ ਨਹੀਂ ਰਹੇ ਅਤੇ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਪਰ ਅੱਜ 17 ਦਿਨ ਬਾਅਦ ਕੁਝ ਰਾਹਤ ਵਾਲੀ ਖਬਰ ਜ਼ਰੂਰ ਆਈ ਹੈ। ਭਾਈ ਨਿਰਮਲ ਸਿੰਘ ਖਾਲਸਾ ਦੀ ਲੜਕੀ ਜਸਕੀਰਤ ਕੌਰ ਨੇ ਕਰੋਨਾ ਵਾਇਰਸ ਖਿਲਾਫ਼ ਜੰਗ ਜਿੱਤ ਲਈ ਹੈ। 30 ਸਾਲ ਦੀ ਜਸਕੀਰਤ ਕੌਰ ਹੁਣ ਠੀਕ ਹੋ ਕੇ ਆਪਣੇ ਘਰ ਪਰਤ ਗਈ ਹੈ। ਜਸਕੀਰਤ ਕੌਰ ਦਾ ਕਹਿਣਾ ਸੀ ਕਿ ਜੇਕਰ ਉਹਨਾਂ ਦੇ ਪਿਤਾ ਜੀ ਨੂੰ ਵੀ ਸਹੀ ਇਲਾਜ ਮਿਲਦਾ ਤਾਂ ਉਹ ਵੀ ਠੀਕ ਹੁੰਦੇ। ਜਸਕੀਰਤ ਕੌਰ ਦੇ ਇਲਾਜ ਬਾਰੇ ਕੀ ਕਿਹਾ ਡਾਕਟਰਾਂ ਨੇ ਤੁਸੀਂ ਵੀ ਸੁਣੋ। ਨਹੀਂ, ਜਸਕੀਰਤ ਕੌਰ ਹੈ ਲੜਕੀ, 30 ਸਾਲ ਦੀ ਲੋਈਆਂ ਦੀ, ਅਤੇ ਅੱਜ 16-17 ਦਿਨ ਹੈ ਅਤੇ ਆਏ ਸੀਗੇ। ਉਸ ਵੇਲੇ ਬੜੀ ਇਹ ਟੈਨਸ਼ਨ 'ਚ ਸੀ ਕਿਉਂਕਿ ਸੋਚਦੀ ਨਹੀਂ ਮੈਨੂੰ ਕਰੋਨਾ ਹੋ ਸਕਦਾ, ਇਹਦਾ ਸਿਰਫ ਗਲਾ ਹੀ ਖਰਾਬ ਸੀ। ਅਤੇ ਹੁਣ ਤਾਂ ਅੱਜ ਛੁੱਟੀ ਕਰਕੇ ਇਹਨਾਂ ਨੂੰ ਘਰ ਭੇਜਿਆ, ਬਿਲਕੁਲ ਠੀਕ ਹੈ, ਕੋਈ ਪ੍ਰੋਬਲਮ ਨਹੀਂ ਇਹਨੂੰ। ਕਿੰਨੇ ਪੇਸ਼ੈਂਟ ਹੋ ਰਹੇ? ਸਾਡੇ ਕੋਲ 40 ਪੇਸ਼ੈਂਟ ਪਏ ਹੋਏ ਆ ਇਸ ਵੇਲੇ ਪੋਜ਼ਿਟਿਵ। ਕਿਸ ਤਰ੍ਹਾਂ ਦੀ ਹਾਲਤ ਹੈ? ਸਾਰੇ ਆਲਮੋਸਟ ਠੀਕ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ। ਜੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਨੂੰ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ ਉਹਨਾਂ ਦੀ। ਨਹੀਂ, ਕਈਆਂ ਵਿੱਚੋਂ ਕਈਆਂ ਪੇਸ਼ੈਂਟ ਨੂੰ ਸ਼ੂਗਰ ਹੈ, ਉਹਨਾਂ ਦੀ ਟ੍ਰੀਟਮੈਂਟ ਨਾਲ, ਕਈਆਂ ਦੀ ਇੰਸੂਲਿਨ ਚੱਲਦੀ ਪਈ ਹੈ, ਕੋਈ ਜਿਹੜੇ ਗਲਾ ਖਰਾਬ ਹੈ ਉਹਦੀ ਦਵਾਈ ਦੇ ਰਹੇ ਹਾਂ, ਬੁਖਾਰ ਦੀ ਦਵਾਈ ਦੇ ਰਹੇ ਹਾਂ। ਕੋਈ ਇਸ ਤਰ੍ਹਾਂ ਦੀ ਜ਼ਿਆਦਾ ਕ੍ਰਿਟੀਕਲ ਇਸ ਵੇਲੇ ਕੋਈ ਨਹੀਂ ਹੈਗਾ, 5 ਸਾਲ ਦਾ ਵੀ, 7 ਸਾਲ ਦਾ ਵੀ। ਹਾਂ, ਉਹਨਾਂ ਦੀ ਕੰਡੀਸ਼ਨ ਇਸ ਵੇਲੇ ਕਿਸ ਤਰ੍ਹਾਂ ਦੀ ਚੱਲ ਰਹੀ ਹੈ? ਉਹ ਸਾਰੇ ਬਿਲਕੁਲ ਠੀਕ। ਕਿੱਦਾਂ ਵਾ, ਮਤਲਬ ਕਿ ਬੱਚੇ ਆਮ ਤੌਰ 'ਤੇ ਖੇਡਣ? ਉਹ ਸਾਰੇ ਠੀਕ ਹੈ, ਅੰਦਰ ਚੀਜ਼ ਮੰਗਦੇ ਆ, ਅੰਦਰ ਉਹਨਾਂ ਨੂੰ ਖੇਡਣ ਦਾ ਸਮਾਨ ਦਿੱਤਾ ਹੋਇਆ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਮਾਨ ਸਾਰਾ ਪਹੁੰਚਾਇਆ ਹੋਇਆ। ਅਸੀਂ ਅੱਜ ਜਾਂ ਕੱਲ੍ਹ ਨੂੰ ਸ਼ਾਇਦ ਟੀ ਵੀ ਵੀ ਲਵਾ ਦਈਏ ਅੰਦਰ ਬੱਚਿਆਂ ਲਈ, ਬੱਚੇ ਬੜੇ ਖੁਸ਼ ਨੇ ਅੰਦਰ, ਸਾਰਾ ਕੁਛ ਹੀ ਠੀਕ ਚੱਲਦਾ ਪਿਆ। ਉਹ ਵੀਡੀਓ ਬਣ ਕੇ ਜਾਣ, ਸਾਰਾ ਕੁਛ ਹੀ ਅੰਦਰ ਠੀਕ ਚੱਲ ਰਿਹਾ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਠੀਕ ਹੀ ਨਹੀਂ ਹੋਣੇ ਲੋਕ। ਹਾਂਜੀ ਹਾਂਜੀ, ਜਸਕੀਰਤ ਦਾ ਇਸ ਤਰ੍ਹਾਂ ਵੀ ਜਦੋਂ ਵੀ ਕੋਈ ਉਹਨੂੰ ਪ੍ਰੋਬਲਮ ਆਉਂਦੀ ਮੈਨੂੰ ਸਿੱਧਾ ਫੋਨ ਕਰ ਲੈਂਦੀ ਕਿ ਡਾਕਟਰ ਸਾਹਿਬ ਮੈਨੂੰ ਇਹ ਪ੍ਰੋਬਲਮ ਹੈ, ਇੱਥੇ ਪਾਣੀ ਬੰਦ ਹੋ ਗਿਆ, ਕੋਈ ਮੈਡੀਸਨ ਚਾਹੀਦੀ, ਉਹ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਉਂਦੀ ਮੈਂ ਨਾਲ ਹੀ ਪ੍ਰੋਵਾਈਡ ਕਰਦਾ ਰਿਹਾ।